सवाल है, मैं अपने आप नूं ही सवाल करदा वी राणे की तू किसे नूं रोशन करके किसे दी रोशनी बारे सोच के किसे दा हनेरा दूर करन दी सोच के त्यार हो और किसे दा ख्याल करना किसे दे दुख दे विच बांह फड़ना किसे दे काम आना किसे नूं चंगा विचार देना किसे नूं उड्डन लाउणा किसे नूं सोहणा सोचण लाउणा किसे नूं सोहणा बोलण लाउणा किसे दे सोहणे बोले दी तारीफ करना किसे नूं गल नाल लाउणा ਇਹ ਨੇ ਤਿਉਹਾਰਾਂ ਦੇ ਜਿਹੜੇ ਮਤਲਬ ਨੇ ਅਸਲ ਅਰਥ ਨੇ ਕਿਉਂਕਿ ਜਦੋਂ ਲੋਕਡਾਊਨ ਚੱਲ ਰਿਹਾ ਸੀ ਤਾਂ ਕਿੰਨੇ ਆਕਾਸ਼ ਸਾਫ਼ ਨਜ਼ਰ ਆ ਰਿਹਾ ਸੀ ਕਿਵੇਂ ਪੰਛੀ ਚਹਿਕਦੇ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਲੱਗ ਗਿਆ ਸੀ ਕਿਵੇਂ ਪੰਛੀ ਬਾਹਰ ਨਿਕਲ ਆਏ ਸੀ ਜਾਨਵਰ ਕਿਹੋ ਜਿਹੇ ਦੇਖਣ ਲੱਗ ਗਏ ਸੀ ਮਤਲਬ ਬੰਦਾ ਪਹਾੜੀਆਂ ਦੂਰੋਂ ਦੂਰੋਂ ਦੇਖਣ ਲੱਗ ਗਿਆ ਸੀ ਸੋ ਪਟਾਕੇ ਤਾਂ ਅਸੀਂ ਰੋਜ਼ ਹੀ ਪਾਉਂਦੇ ਹਾਂ ਪੋਲਿਊਸ਼ਨ ਅਸੀਂ ਰੋਜ਼ ਹੀ ਕਰਦੇ ਹਾਂ ਪਰ ਦੀਵਾਲੀਆਂ ਦਿਨ ਅਸੀਂ ਰੱਜ ਕੇ ਤੇ ਇਹ ਪੋਲਿਊਸ਼ਨ ਕਰਨ ਲਈ ਅਸੀਂ ਸਪੈਸ਼ਲ ਪੈਸੇ ਖਰਚਦੇ ਹਾਂ ਸੋ ਮੈਂ ਇੱਥੇ ਇਸ ਵਕਤ ਜੀਓਕੇ ਵੀ ਸ਼ੂਟਿੰਗ ਕਰ ਰਿਹਾ ਇੱਥੇ ਵੀ ਬਹੁਤ ਜ਼ਿਆਦਾ ਇੰਡੀਅਨ ਨੇ ਮੈਂ ਇੱਥੇ ਦੀਵਾਲੀ ਮਨਾਈ ਮਨਾਉਣੀ ਆ ਅਸੀਂ ਦੇਖਦੇ ਵੀ ਹਾਂ ਜਾਂ ਗਏ ਵੀ ਹਾਂ ਆਸੇ ਪਾਸੇ ਇੱਥੇ ਵੀ ਤਾਂ ਦੀਵਾਲੀ ਮਨਾਈ ਜਾ ਰਹੀ ਹੈ ਨਾ ਤਾਂ ਕੋਈ ਬਹੁਤ ਵੱਡਾ ਸ਼ੋਰ ਸੁਣ ਰਿਹਾ ਹੈ ਨਾ ਕੋਈ ਮੇਰੇ ਪੈਸੇ ਖਰਚ ਜਾਂਦੇ ਨੇ ਹਰ ਕੋਈ ਦੀਵਾਲੀ ਦੇ ਨਾਲ ਤਿਉਹਾਰ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ ਹਰ ਕਿਸੇ ਦਾ ਆਪਣਾ ਵੱਖਰਾ ਸ਼ੌਂਕ ਹੈ ਕਿਸੇ ਨੂੰ ਨਵੇਂ ਕੱਪੜੇ ਪਾਉਣ ਦਾ ਸ਼ੌਂਕ ਹੈ ਕਿਸੇ ਨੂੰ ਘੁੰਮਣ ਦਾ ਸ਼ੌਂਕ ਕੋਈ ਕਿਸੇ ਨੂੰ ਗਿਫਟ ਦੇ ਰਿਹਾ ਹੈ ਤੇ ਕੋਈ ਕਿਸੇ ਤਰੀਕੇ ਨਾਲ ਦੀਵਾਲੀ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ ਪਰ ਹਾਲੇ ਵਿੱਚ ਅਦਾਕਾਰ ਰਾਣਾ ਰਣਵੀਰ ਨੇ ਆਪਣੇ ਸੋਸ਼ਲ ਅਕਾਊਂਟ ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਹਰ ਕਿਸੇ ਨੂੰ ਇਹ ਸਵਾਲ ਕਰ ਰਹੇ ਨੇ ਕਿ ਖੁਦ ਤੋਂ ਬਾਹਰ ਆ ਕੇ ਕਦੀ ਅਸੀਂ ਕਿਸ ਲਈ ਦੀਵਾਲੀ ਮਨਾਉਂਦੇ ਹਾਂ ਇਸ ਦੇ ਨਾਲ ਹੀ ਉਹਨਾਂ ਦੀਵਾਲੀ ਤੇ ਅਣਗਿਣਤ ਪਟਾਕੇ ਚਲਾਉਣ ਵਾਲਿਆਂ ਨੂੰ ਵੀ ਆਪਣੀ ਗੱਲਾਂ ਰਾਹੀਂ ਦੇਖੋ ਕਿਵੇਂ ਸਮਝਾਇਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜ਼ਿੰਦਗੀ ਜ਼ਿੰਦਾਬਾਦ ਚਾਹੀਦੀ ਹੈ ਔਰ ਜ਼ਿੰਦਗੀ ਦੇ ਜਿਹੜੇ ਵੀ ਪਲ ਮਿਲੇ ਨੇ ਉਹਨੂੰ ਸੋਹਣੇ ਵਧੀਆ ਤਰੀਕੇ ਨਾਲ ਔਰ ਆਪਣੇ ਤਰੀਕੇ ਨਾਲ ਬਿਨਾਂ ਕਿਸੇ ਪ੍ਰੈਸ਼ਰ ਤੋਂ ਜਿਉਈਏ ਔਰ ਕਹਿੰਦੇ ਹੁੰਦੇ ਨਾ ਕਿ ਪਟਾਕੇ ਪਾ ਦਾਂਗੇ ਪਟਾਕੇ ਪਾਉਣ ਦਾ ਮਤਲਬ ਵੀ ਸੋਹਣੇ ਕੰਮ ਕਰਾਂਗੇ ਵਧੀਆ ਕੰਮ ਕਰਦੇ ਰਹਾਂਗੇ ਔਰ ਚੜ੍ਹਦੀ ਕਲਾ ਦੇ ਵਿੱਚ ਜਿਉਂਦੇ ਰਹਾਂਗੇ ਚੜ੍ਹਦੀ ਕਲਾ ਵਿੱਚ ਜਿਉਂਦੇ ਰਹੋ ਤੇ ਹਰ ਪਲ ਦਾ ਆਨੰਦ ਲੈਂਦੇ ਰਹੋ ਤਿਉਹਾਰਾਂ ਦਾ ਮਹੀਨਾ ਇਹ ਫੈਸਟੀਵਲ ਡੇਜ਼ ਚੱਲ ਰਹੇ ਨੇ ਦੀਵਾਲੀ ਆ ਗਈ ਹੈ ਦੀਵਾਲੀ ਦਰਵਾਜ਼ੇ ਖੜਕਾ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਮੈਸੇਜ ਸੁਨੇਹੇ ਮਿਲ ਰਹੇ ਨੇ ਔਰ ਅੱਛੀ ਗੱਲ ਹੈ ਤਿਉਹਾਰ ਨੇ ਜਿਹੜੇ ਖੁਸ਼ੀਆਂ ਲੈ ਕੇ ਆਉਂਦੇ ਨੇ ਮੁਹੱਬਤ ਲੈ ਕੇ ਆਉਂਦੇ ਨੇ ਮੁਹੱਬਤ ਦਾ ਸੁਨੇਹਾ ਲੈ ਕੇ ਆਉਂਦੇ ਨੇ ਜਿਵੇਂ ਬੰਦੀ ਛੋੜ ਦਿਵਸ ਦੀਵਾਲੀ ਵਾਲੇ ਦਿਨ ਹੀ ਗੁਰੂ ਸਾਹਿਬ ਨੂੰ ਜਦੋਂ ਰਿਹਾਅ ਕਰਨ ਦੀ ਗੱਲ ਤੁਰੀ ਤਾਂ ਗੁਰੂ ਸਾਹਿਬ ਨੇ ਇਕੱਲਿਆਂ ਜਾਣਾ ਮਨਜ਼ੂਰ ਨਹੀਂ ਕੀਤਾ ਕਿਉਂਕਿ ਤਿਉਹਾਰ ਸੱਜਣਾ ਬੇਲੀਆਂ ਨਾਲ ਹੋਰ ਮਿੱਤਰ ਪਿਆਰ ਨਾਲ ਚੰਗੇ ਲੱਗਦੇ ਨੇ ਜਿਵੇਂ ਅਸੀਂ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣਾ ਚਾਹੁੰਦੇ ਹਾਂ ਗੁਰੂ ਸਾਹਿਬ ਨੇ ਵੀ ਸੋਚਿਆ ਕਿ ਬਾਕੀ ਜਿਹੜੇ ਹੋਰ ਨੇ ਜਿਨ੍ਹਾਂ ਨੂੰ ਕੈਦ ਕੀਤਾ ਉਹਨਾਂ ਨੂੰ ਜੇ ਰਿਹਾਅ ਕਰੋਗੇ ਸਾਡੇ ਨਾਲ ਬੰਦੀਆਂ ਨੂੰ ਛੋੜੋਗੇ ਉਹ ਵੀ ਆਪਣੇ ਘਰੇ ਤਿਉਹਾਰ ਮਨਾਉਣਗੇ ਮੈਂ ਤਾਂ ਮਨਾਵਾਂਗਾ ਮੈਂ ਇਕੱਲਾ ਨਹੀਂ ਜਾਵਾਂਗਾ ਬੰਦੀ ਛੋੜ ਦਿਵਸ ਦੀਵਾਲੀ ਕੀ ਅੱਜ ਅਸੀਂ ਇਸ ਤਰ੍ਹਾਂ ਦੀਵਾਲੀ ਮਤਲਬ ਦੀਪਾਵਲੀ ਰੋਸ਼ਨ ਰੋਸ਼ਨੀ ਰੋਸ਼ਨੀ ਦਾ ਤਿਉਹਾਰ ਏਦਾਂ ਕਿਸੇ ਦੇ ਚਾਵਾਂ ਨੂੰ ਜਾਂ ਆਪਣੀ ਸੋਚ ਨੂੰ ਰੋਸ਼ਨ ਕਰਕੇ ਮਨਾਉਂਦੇ ਹਾਂ ਸਵਾਲ ਹੈ ਇੱਕ ਮੈਂ ਆਪਣੇ ਆਪ ਨੂੰ ਇਹ ਸਵਾਲ ਕਰਦਾ ਹੈ ਵੀ ਰਾਣੇ ਕੀ ਤੂੰ ਕਿਸੇ ਨੂੰ ਰੋਸ਼ਨ ਕਰਕੇ ਕਿਸੇ ਦੀ ਰੋਸ਼ਨੀ ਬਾਰੇ ਸੋਚ ਕੇ ਕਿਸੇ ਦਾ ਹਨੇਰਾ ਦੂਰ ਕਰਨ ਦੀ ਸੋਚ ਕੇ ਤਿਉਹਾਰ ਮਨਾਉਂਦਾ ਹਾਂ ਜੇ ਤਾਂ ਮੈਂ ਇਸ ਤਰ੍ਹਾਂ ਸੋਚ ਕੇ ਤਿਉਹਾਰ ਮਨਾਉਂਦਾ ਫੈਸਟੀਵਲ ਮਨਾਉਂਦਾ ਤਾਂ ਮੇਰੀ ਦੀਵਾਲੀ ਬਿਨਾਂ ਸ਼ੋਰ ਸ਼ਰਾਬੇ ਤੋਂ ਬਿਨਾਂ ਪਟਾਕਿਆਂ ਤੋਂ ਬਿਨਾਂ ਖਰਚੇ ਤੋਂ ਵੀ ਕਮਾਲ ਦੀ ਦੀਵਾਲੀ ਹੈ ਫਿਰ ਦੀਪਾਵਲੀ ਹੈ ਫਿਰ ਰੋਸ਼ਨੀ ਹੈ ਅਸਲ ਮਤਲਬ ਤਾਂ ਇਹ ਨੇ ਤਿਉਹਾਰਾਂ ਦੇ ਮਿਲਣਾ ਮੁਹੱਬਤ ਵਧਾਉਣਾ ਭਾਈਚਾਰਾ ਵਧਾਉਣਾ ਔਰ ਕਿਸੇ ਦਾ ਖਿਆਲ ਕਰਨਾ ਕਿਸੇ ਦੇ ਦੁੱਖ ਦੇ ਵਿੱਚ ਬਾਂਹ ਫੜਨਾ ਕਿਸੇ ਦੇ ਕੰਮ ਆਉਣਾ ਕਿਸੇ ਨੂੰ ਚੰਗਾ ਵਿਚਾਰ ਦੇਣਾ ਕਿਸੇ ਨੂੰ ਉੱਡਣ ਲਾਉਣਾ ਕਿਸੇ ਨੂੰ ਸੋਹਣਾ ਸੋਚਣ ਲਾਉਣਾ ਕਿਸੇ ਨੂੰ ਸੋਹਣਾ ਬੋਲਣ ਲਾਉਣਾ ਕਿਸੇ ਦੇ ਸੋਹਣੇ ਬੋਲੇ ਦੀ ਤਾਰੀਫ ਕਰਨਾ ਕਿਸੇ ਨੂੰ ਗੱਲ ਨਾਲ ਲਾਉਣਾ ਇਹ ਨੇ ਤਿਉਹਾਰਾਂ ਦੇ ਜਿਹੜੇ ਮਤਲਬ ਨੇ ਅਸਲ ਅਰਥ ਨੇ ਦੀਵਾਲੀ ਵੀ ਕਹਿੰਦੀ ਹੈ ਕਿ ਹਨੇਰਿਆਂ ਨੂੰ ਦੂਰ ਕੀਤਾ ਜਾਵੇ ਹਨੇਰੇ ਜਿਹੜੇ ਸਿਆਸਤ ਨੇ ਦਿੱਤੇ ਨੇ ਹਨੇਰੇ ਜਿਹੜੇ ਧੱਕੇ ਸ਼ਾਹੀ ਨੇ ਦਿੱਤੇ ਨੇ ਹਨੇਰੇ ਜਿਹੜੇ ਅਸੀਂ ਅਨਪੜ੍ਹਤਾ ਕਰਕੇ ਲਏ ਨੇ ਹਨੇਰੇ ਜਿਹੜੇ ਅਸੀਂ ਆਪਣੇ ਵਹਿਮ ਭਰਮ ਤੇ ਕੱਟੜਤਾ ਕਰਕੇ ਪੈਦਾ ਕੀਤੇ ਨੇ ਉਹਨਾਂ ਹਨੇਰਿਆਂ ਨੂੰ ਦੂਰ ਕੀਤਾ ਜਾਵੇ ਇਹ ਕਹਿੰਦੀ ਹੈ ਦੀਵਾਲੀ ਇਹ ਕਹਿੰਦੀ ਹੈ ਦੀਪਾਵਲੀ ਇਹ ਕਹਿੰਦੀ ਹੈ ਕਿ ਆਪਣੀ ਸੋਚ ਦੇ ਦੀਵੇ ਜਗਾਈਏ ਅਸੀਂ ਪਰ ਕਿੰਨੇ ਕੁ ਜਗਾਉਂਦੇ ਹਾਂ ਸਾਡਾ ਹੁੰਦਾ ਕਿ ਦੀਵਾਲੀ ਆ ਗਈ ਹੈ ਨਾ ਦੀਵਾਲੀ ਆ ਗਈ ਠੀਕ ਹੈ ਸਫਾਈ ਤਾਂ ਰੋਜ਼ ਹੀ ਕਰੋ ਘਰਾਂ ਦੀ
दिवाली वाले दिन दिवाली दे कोले आके थोड़ी सफाई करनी, चलो बहाना हुंदा, ठीक है ये भी गल, इस गल ते चर्चा ही नहीं करते, पर भी मिठाइया ते खर्च करने, फालतू खर्च करने, तोहफे देने, महंगे महंगे तोहफे देने, तोहफिया दे बहाने, गिफ्ट दे बहाने, रिश्वतां देनियां, है ना, वड्डे वड्डे अफसरां नूं रिश्वतां दित्तियां जांदियां ने, टेंडर पास कराए जांदे ने, काम कढवाए जांदे ने, मतलब त्योहार के ना थले की हो रहा है। फिर उन्होंने रिसोरी सी जिन्हों को पैसा नहीं है वह भी अपने पैसे की बर्बादी करते हैं, मिठाइया से पैसे खर्च करते हैं, धक्के उन्होंने लगता किसी को असी गिफ्ट दे के आइए साडे घरे गिफ्ट आया, पटाके पटाके वाली गल तो इथों तक होगी भी वैसे तो असं पटाके पाउंदे रहने, इन्ना पोल्यूशन फैलाया होया सी भारतीयों ने, असी इन्ना पोल्यूशन फैलाने, असी इन्ना पासा पासा गंदला कर रखे है, किन्ना गंदला कर रखे है, लॉकडाउन दे विच तुसीं देख चुके हो कि जदों लॉकडाउन चल रहा सी तां किवें आकाश साफ नजर आ रहा सी, किवें पंछी चहकदे पंछियां दी आवाजां सुन लग गया सी, किवें पंछी बाहर निकल आए सी, जानवर किहो जिहे दिखण लग गए सी, मतलब बंदा पहाड़ियां दूरों दूरों दिखण लग गईआं सी। सो पटाके तो असीं रोज ही पाउंदे हां, पोल्यूशन असीं रोज ही करदे हां, पर दिवाली दा दिन असीं रज के ते इह पोल्यूशन करन लई असीं स्पैशल पैसे खर्चदे हां, जिद करते हैं, फिर ए सा आसा पासा वातावरण तो खराब हों, बीमारियां भी लगते हैं, कई नुकसान भी होंगे ने, स्किन किसी अग लग गई, हथ पैर किसी घर पटाका गिर गया। यह पटाके चला पटाके पाना, बंब बंब पता नहीं की है, ये दरअसल एक ना जी अनपढ़ता की निशानी है, अनपढ़ सोच की निशानी है। सो मैं तो यह भी नहीं कहता कि तुम फुल झड़ियां जी चलाओ, पोल्यूशन तो पोल्यूशन ही है, फुल झड़ियां तो अंदर होनिया चाहिए ने, है ना, पटाके तो संगीत ते नच के भी वधिया संगीत उत्ते नचा जा सकता है, त्यौहार मनाया जा सकता। सो मैं तो बहुत देर तो पता नहीं जदों दी अकल आई उदों पटाके चलाने छड्डे हुए ने। बाकी इस बार मैं दिवाली यही कहूंगा कि दिवाली तो इस बार तो पटाके जमी नहीं चलाने चाहिए, अपने प्यार ना घरे परिवार ना जो भी तुहाडे रीति रस्म ने पूरे करो और गल्लां बातां करो, क्योंकि अज दे समय विच जिवें महामारी चल रही है और जिवें किसान मुसीबत दे विच है, किसान लड़ रहे अपने हकां लई, मजदूर लड़ रहे ने अपने हकां लई, मुलाजम वर्ग भी औखा है, सारे औखे ने, फिर इह औखियां दे विच किहड़े पटाके पाउणे आ, किहड़े बंब चलाउणे आ, क्यों चलाउणे आ, किहड़ी खुशी विच चलाउणे चाहुंदे आ। सो पहली गल तां इह है कि पटाके इस करके नहीं चलाउणे, दूजा इह है वी जे तुसीं श्री गुरु नानक देव जी नूं मंनदे हो, जे तुसी कुदरत दे गुण गाउंदे हो, जे तुहानू हरियाली चंगी लगदी है ते तुसी फिर भी पटाके चलाउण दी चाहुंदे हो, सोचदे हो, फिर तुसी गलत सोचदे हो, फिर तुसी ठीक नहीं सोच रहे। जे तुसी बाबा नानक नूं मनन वाले हो, जे तुसी अपने धर्म नूं किसी नूं भी मनन वाले हो, तां किसी दा कोई धर्म नहीं कहिंदा कि पाणी हवा इह जिहड़ा इहनूं गंदला कीता जावे, इहदी पवित्रता नूं दूर कीता जावे, पवित्रता जो सानूं दिखाई दे रही है। सो मैं इत्थे इस वक्त यूके भी शूटिंग कर रहा, इत्थे भी बहुत ज्यादा इंडियन ने, तो मैं इत्थे दिवाली मनाई मनाउणी आ, असीं देखदे भी हां जां गए भी हां आसे पासे, इत्थे भी तां दिवाली मनाई जा रही है, ना तां कोई बहुत वड्डा शोर सुन रहा है, ना कोई नजायज पैसे खर्चे जा रहे ने, ते दिवाली तों पहलां वाले पटाके भी नहीं सुनाई दे रहे, ते कल नूं वी तुहानूं दस दांगे लाइव के किन्ने पटाके चले ने, जे इत्थे भी चले, जे इत्थे किसे ने शरारत कीती तां इह तां गल फिर सिद्ध है कि कमले तो कितने भी मिल जाते हैं। सो तुसी कमले सियाने हो दैन हैप्पी दिवाली, लव यू, बहुत बहुत मुबारक दिवाली दियाँ, और दिवाली मनानी है किसी नाल, जिहड़ा नहीं कुछ खरीद सकता फल फ्रूट उन्हों फल फ्रूट दवो, और दिवाली की मुबारक किसी दुखी की बांह फड़ के उन्हों दिवाली मुबारक कहो, और नचो टप्पो हसो। तो मैं तो जदों भी इंडिया हुंदा दिवाली इस करके मनाउंदा हुंदा कि जो लंघ जाईदा कितें भी कितें रेहड़ी वाले कोले कोई समान पिया अपनी बित मुताबक, चाहे समान चाहीदा चाहे नहीं, फरूट सब्जियां जे कुछ भी मिलता कोई खाण पीण वाली चीज़ वह खरीद ली दी है ते अगे जा के किसी नूं दे दी दी है। सो एक चीज एक थां तों लई दूजी थां ते देती, जिहतों लई वह भी खुश कि मेरी चीज़ विकी है, जिहनूं दित्ती वह भी खुश कि अज त्यौहार वाले दिन मैनूं तोहफा मिलिया, अज मेरे ढिड परिवार के ढिड विच खाना जाऊगा, अज असीं फ्रूट खावांगे। सो अखां दे विच दोनों थावां दी चमक देख के असल दिवाली का आनंद आउंदा। सो इह ने पटाके, इस तरह के पटाके पाओ, दस्सो कि तुसीं किहदी अखां दे विच खुशी वेख के पटाके चलाए ने, बंब चलाए ने, खुशी दे मुहब्बत दे पटाके, ठीक है, हैप्पी दिवाली। Your audit report, filmy.com.